प्रगट दिवस के मौके उत्ते संगतां दे वलों स्कोरपियो कार भेट की गई है। संगतां दे विच इस दिन नूं लैके भारी उत्साह वेखण नूं मिल रहा है। संत मलकीत नाथ दे वलों संगतां दा धन्नवाद किया गया है। की कुछ कहना है उन्हां दा, आओ जरा तुहानूं सुना दिंदे आ। अमृतसर तों अज दी आवाज़ दे लई विनोद कुमार दी रिपोर्ट। अपना नाम दा? मेरा नाम जी करण वेरका। अज इत्थे आए हो की कहना चाहुंगे? अज ढूणा ट्रस्ट वाले सतगुरु मलकीत नाथ जी गद्दी नशीन वाल्मीकि तीर्थ ਮਾਰਨ ਨੂੰ ਅੱਜ ਸਕੋਰਪੀਓ ਗੱਡੀ ਪ੍ਰੋਵਾਈਡ ਕਰਵਾ ਕੇ ਦਿੱਤੀ ਗਈ ਹੈ। ਹਾਂਜੀ, ਸੇਵਾ ਜੀ 3 ਲੱਖ ਰੁਪਈਆ ਮਹਾਰਾਜ ਨੂੰ ਮੇਰੇ ਵੱਲੋਂ ਗੱਡੀ ਦਾ ਦਿੱਤਾ ਗਿਆ ਹੈ। ਬਾਕੀ ਵੀ ਸੰਗਤਾਂ ਨੇ, ਸਾਧ ਸੰਗਤ ਸਾਰਿਆਂ ਨੇ ਸੇਵਾ ਪ੍ਰੋਵਾਈਡ ਕੀਤੀ ਹੈ ਜੀ। ਕੀ ਸੰਗਤਾਂ ਨੂੰ ਕੀ ਕਹਿਣਾ ਚਾਹੋਗੇ? ਅਸੀਂ ਦੇਖਦਾ ਵੀ ਬਾਲਮੀ ਭਾਈਚਾਰੇ ਨਾਲ ਬਹੁਤ ਵੱਡੇ ਲੋਕ ਜੁੜੇ ਨੇ ਨਾਲ, ਅਤੇ ਕੀ ਕਹਿਣਾ ਚਾਹੋਗੇ? ਮੈਂ ਸੰਗਤਾਂ ਸਾਰਿਆਂ ਨੂੰ ਆਪਣੇ ਬਾਲਮੀਕਿ ਭਾਈਚਾਰੇ ਨੂੰ ਇਹ ਕਹਿੰਦਾ ਵਾ ਵੀ ਵੱਧ ਚੜ੍ਹ ਕੇ ਸਾਰੇ ਜਾਣੇ ਹੋਰ ਵੀ ਜੋ ਵੀ ਸੇਵਾ ਵਾ ਬਾਲਮੀਕਿ ਤੀਰਥ ਲਈ ਪ੍ਰੋਵਾਈਡ ਕਰਵਾ ਕੇ ਦਿੱਤੀ ਜਾਵੇ। ਜੈ ਬਾਲਮੀਕਿ, ਹਰ ਹਰ ਬਾਲਮੀਕਿ। ਅੱਜ ਸ਼ੁਭ ਦਿਹਾੜਾ ਬੜਾ ਭਾਗਾ ਭਰਿਆ ਹੈ, ਕਿਉਂਕਿ ਬਾਲਮੀਕਿ ਪ੍ਰਗਟ ਉਤਸਵ 9 ਅਕਤੂਬਰ ਨੂੰ ਆ ਰਿਹਾ ਹੈ। 9 ਅਕਤੂਬਰ ਦੀ ਖੁਸ਼ੀ ਦੇ ਵਿੱਚ ਸਾਰੀ ਸਾਧ ਸੰਗਤ ਨੇ ਬਾਬਾ ਜੀ ਨੂੰ ਸਕਾਰਪੀਓ ਭੇਟਾ ਕੀਤੀ ਹੈ। ਦਾਸ ਸਾਰੀਆਂ ਸੰਗਤਾਂ ਦਾ ਲੱਖ ਲੱਖ ਧੰਨਵਾਦ ਕਰਦਾ ਹੈ ਅਤੇ ਸੰਤ ਮਹਾਰਾਜ ਨੂੰ ਅੱਜ ਸ਼ੁਭ ਦਿਹਾੜੀ ਲੱਖ ਲੱਖ ਵਧਾਈ ਦਿੰਦਾ ਹੈ। ਇਹ ਵੀ ਗੁਰੂ ਮਹਾਰਾਜ ਦੇ ਅਰਦਾਸ ਕਰਦਾ ਹੈ ਕਿ ਚੜ੍ਹਦੀ ਕਲਾ ਵਿੱਚ ਸੰਗਤਾਂ ਵੀ ਰਹਿਣ ਅਤੇ ਪਾਵਨ ਬਾਲਮੀਕਿ ਤੀਰਥ ਦੀ ਕਮੇਟੀ ਵੀ ਰਹੇ ਅਤੇ ਸੰਤ ਵੀ ਚੜ੍ਹਦੀ ਕਲਾ ਵਿੱਚ ਰਹਿਣ। ਧੰਨਵਾਦ। ਜੈ ਬਾਲਮੀਕਿ, ਹਰ ਹਰ ਬਾਲਮੀਕਿ। ਹਾਂਜੀ, ਜੈ ਬਾਲਮੀਕਿ, ਹਰ ਹਰ ਬਾਲਮੀਕਿ। ਅੱਜ ਜੋ ਸ਼ੁਭ ਦਿਹਾੜਾ ਪਰਮਾਤਮਾ ਵਾਲਮੀਕਿ ਮਹਾਰਾਜ ਜੀ ਦਾ ਆ ਰਿਹਾ ਵਾ, ਉਹਦੇ ਉੱਤੇ ਪਰਮਾਤਮਾ ਵਾਲਮੀਕਿ ਮਹਾਰਾਜ ਜੀ ਨੇ ਕਿਰਪਾ ਕੀਤੀ ਕਿ ਸਾਨੂੰ ਆਸ਼ਰਮ ਵਾਸਤੇ ਜਿਹੜਾ ਗਿਫਟ ਸਾਧ ਸੰਗਤ ਨੇ ਲੈ ਕੇ ਦਿੱਤਾ ਵਾ, ਉਹਦੇ ਵਿੱਚ ਜਿੰਨੇ ਵੀ ਦਾਨੀਆਂ ਨੇ ਯੋਗਦਾਨ ਪਾਇਆ ਆਪਣੇ ਦਹਾਨੋਆਂ ਦੀ ਕਮਾਈ ਦੇ ਵਿੱਚੋਂ, ਪਰਮਾਤਮਾ ਉਹਨਾਂ ਨੂੰ ਵਾਲਮੀਕਿ ਮਹਾਰਾਜ ਕਿਰਪਾ ਕਰੇ। ਜੈ ਵਾਲਮੀਕਿ, ਹਰ ਹਰ ਵਾਲਮੀਕਿ। ਇਹ ਗੱਡੀ ਦਾ ਜੀ, ਹਾਂ ਗੱਡੀ ਹੈਗੀ ਆ, ਸਕਾਰਪੀਓ। ਸੰਗਤਾਂ ਨੂੰ ਇਹੋ ਉਪਦੇਸ਼ ਦੇਣਾ ਚਾਹੁੰਦੇ ਕਿ ਜਿਹੜੇ ਆ ਦਾਨੀਆਂ ਨੇ ਦਾਨ ਕੀਤੀ ਆ, ਬਹੁਤ ਬਹੁਤ ਉਹਨਾਂ ਦਾ ਧੰਨਵਾਦ। ਜੈ ਵਾਲਮੀਕਿ, ਹਰ ਹਰ ਵਾਲਮੀਕਿ। ਠੀਕ ਹੈ ਬਾਬਾ। ਪੰਜਾਬ ਦੀਆਂ ਵੱਡੀਆਂ ਅਤੇ ਤਾਜ਼ਾ ਖਬਰਾਂ ਦੇ ਲਈ ਅੱਜ ਦੀ ਆਵਾਜ਼ ਦੇ ਫੇਸਬੁੱਕ ਪੇਜ ਨੂੰ ਲਾਈਕ ਕਰੋ, ਪੇਜ ਫੋਲੋ ਕਰ ਆਪਣੇ ਦੋਸਤਾਂ ਦੇ ਨਾਲ ਸਾਂਝਾ ਕਰੋ। ਦੇਸ਼ ਵਿਦੇਸ਼ ਨਾਲ ਜੁੜੀਆਂ ਹਰ ਤਰ੍ਹਾਂ ਦੀਆਂ ਖਬਰਾਂ ਲਈ ਤੁਸੀਂ ਸਾਡੇ ਯੂਟਿਊਬ ਚੈਨਲ ਅੱਜ ਦੀ ਆਵਾਜ਼ ਨੂੰ ਸਬਸਕ੍ਰਾਈਬ ਕਰੋ। ਹਰ ਇੱਕ ਤਰ੍ਹਾਂ ਦੀ ਲੇਟੈਸਟ ਬ੍ਰੇਕਿੰਗ ਖਬਰ ਲਈ ਸਾਨੂੰ ਤੁਸੀਂ ਇੰਸਟਾਗ੍ਰਾਮ ਦੇ ਉੱਤੇ ਵੀ ਫੋਲੋ ਕਰੋ। ਦੇਸ਼ ਵਿਦੇਸ਼ ਦੀ ਹਰ ਇੱਕ ਤਰ੍ਹਾਂ ਦੀ ਖਬਰ ਹੁਣ ਤੁਹਾਨੂੰ ਮਿਲੇਗੀ ਸਿਰਫ ਅੱਜ ਦੀ ਆਵਾਜ਼ ਦੇ ਉੱਤੇ। ਤੁਸੀਂ ਅੱਜ ਦੀ ਆਵਾਜ਼ ਦਾ ਈ ਪੇਪਰ ਐਡੀਸ਼ਨ ਪੜ੍ਹਨ ਲਈ ਸਾਡੀ ਵੈਬਸਾਈਟ ਦੇ ਉੱਤੇ ਵੀ ਵਿਜ਼ਿਟ ਕਰ ਸਕਦੇ ਹੋ। ਕੈਨੇਡਾ ਹੋਵੇ ਜਾਂ ਫਿਰ ਇੰਗਲੈਂਡ, ਅਮਰੀਕਾ ਹੋਵੇ ਜਾਂ ਫਿਰ ਆਸਟ੍ਰੇਲੀਆ, ਪੰਜਾਬੀ ਭਾਈਚਾਰੇ ਨਾਲ ਜੁੜੀ ਹਰ ਇੱਕ ਖਬਰ ਪਹੁੰਚਾਈ ਜਾਵੇਗੀ ਤੁਹਾਡੇ ਤੱਕ। ਚੁੱਕੇ ਜਾਣਗੇ ਮਸਲੇ, ਹੋਵੇਗੀ ਹੱਕ ਦੀ ਗੱਲ। ਗਰੀਬਾਂ ਅਤੇ ਪਿਛੜਿਆਂ ਦਾ ਇੱਕੋ ਇੱਕ ਭਰੋਸੇਮੰਦ ਨਿਊਜ਼ ਚੈਨਲ ਅੱਜ ਦੀ ਆਵਾਜ਼। ਰੋਜ਼ਾਨਾ ਅੱਜ ਦੀ ਆਵਾਜ਼, ਪੰਜਾਬ ਦੀ ਭਰੋਸੇਮੰਦ ਅਖ਼ਬਾਰ।